ਕੀ ਹਾਲ ਤੁਹਾਡਾ? ਸ਼ੁਕਰ ਅੱਲਾ ਜੀ, ਬਹਰਹਾਲ ਜੋ ਵੀ ਹੈ ਨਾ ਫੈਸਲਾ ਜੋ ਹੋਇਆ ਜੀ ਬਹੁਤ ਅੱਛਾ ਆ। ਬਾਕੀ ਇਹ ਕਾਨੂੰਨ ਦੇ ਮੁਤਾਬਕ ਹੋਇਆ ਜੀ, ਅਗਰ ਕੋਈ ਬੰਦਾ ਗਲਤ ਆ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ। ਬਾਕੀ ਜੋ ਉਹਨਾਂ ਦਾ ਫੈਸਲਾ ਸੁਣਾਇਆ ਕੋਰਟ ਨੇ ਸਹੀ ਸੁਣਾਇਆ। ਸਰ ਤੁਸੀਂ ਇਸ ਦਫ਼ਾ ਕਿਹਨੂੰ ਵੋਟ ਦੇ ਰਹੇ ਹੋ? ਪੀਟੀਆਈ ਨੂੰ ਦੇਵਾਂਗੇ। ਸਰ ਕੀ ਵਜ੍ਹਾ ਤੁਸੀਂ ਪੀਟੀਆਈ ਨੂੰ ਵੋਟ ਦਿਓ? ਅਸੀਂ ਨਵੇਂ ਬੰਦੇ ਨੂੰ ਅਜ਼ਮਾਉਣਾ ਚਾਹੁੰਦੇ ਹਾਂ। ਬਾਕੀ ਸਾਰੇ ਬੰਦੇ ਅਸੀਂ ਅਜ਼ਮਾਏ ਹੋਏ ਨੇ, ਬਾਕੀ ਅਸੀਂ ਨਵਾਂ ਬੰਦਾ 5 ਸਾਲ ਦੀ ਜ਼ਰੂਰ ਅਜ਼ਮਾਵਾਂਗੇ, ਦੇਖਾਂਗੇ ਕਿ ਬੰਦਾ ਨਵਾਂ ਪਾਕਿਸਤਾਨ ਕਿਵੇਂ ਬਣਾਉਂਦਾ। ਸਰ ਤੁਸੀਂ ਜਮਾਤ ਨੂੰ ਵੋਟ ਦੋਗੇ ਕਿ ਸ਼ਖਸੀਅਤ ਵੋਟ ਦੋਗੇ? ਅਸੀਂ ਤਾਂ ਫਿਲਹਾਲ ਜਮਾਤ ਨੂੰ ਵੋਟ ਦੇ ਰਹੇ, ਸ਼ਖਸੀਅਤ ਨੂੰ ਵੋਟ ਨਹੀਂ ਦੇ ਰਹੇ, ਕਿਉਂਕਿ ਅਸੀਂ ਪਿੱਛੇ ਪੀਟੀਆਈ ਦਾ ਬੰਦਾ ਦੇਖਣਾ ਪਿੱਛੇ ਕਿਹੜਾ ਬੰਦਾ।